ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਹੜੀ ਆ ਬੀਬੀ ਹੁਣ MP ਬਣ ਗਈ ਹੈ, ਇਹ ਹਮੇਸ਼ਾ ਸਿੱਖਾਂ ਦੇ ਖਿਲਾਫ ਹੀ ਇਹਦੇ ਬਿਆਨ ਆਉਂਦੇ ਨੇ। ਭਾਵੇਂ ਸਾਡੀ ਮਾਤਾਵਾਂ ਜਿਹੜੀ ਬਾਰਡਰਾਂ 'ਚ ਬੈਠ ਕੇ ਕਿਸਾਨਾਂ ਦੇ ਹੱਕਾਂ ਵਾਸਤੇ ਉੱਥੇ ਧਰਨੇ ਮਾਰ ਰਹੀ ਸੀ, ਉਹਨਾਂ ਵਾਸਤੇ ਵੀ ਮੰਦ ਸ਼ਬਦਾਵਲੀ। ਉਹਦੇ ਬਾਅਦ ਜਿਹੜੀ ਇੱਕ CRPF ਦੀ ਜਵਾਨ ਆਪਦੀ ਡਿਊਟੀ ਕਰ ਰਹੀ ਸੀ ਏਅਰਪੋਰਟ, ਉਹਦੇ ਨਾਲ ਵੀ ਇਹਦੀ ਹੱਥਾਪਾਈ ਹੋਈ ਹੈਗੀ। ਅਤੇ ਹੁਣ ਇਹੋ ਜਿਹੇ ਬਿਆਨ ਕਰਕੇ ਹੁਣ ਪਿਕਚਰਾਂ 'ਚ ਵੀ ਇਹੋ ਜਿਹੇ ਕੰਮ ਕਾਜ ਕਰ ਰਹੀ ਜਿਹਦੇ ਵਿੱਚ ਸਿੱਖਾਂ ਨੂੰ ਮਾੜੀ ਤਰੀਕੇ ਨਾਲ ਦਿਖਾਇਆ ਜਾਂਦਾ। ਹੁਣ ਇੱਕ ਫਿਰ ਕਿਸਾਨਾਂ ਬਾਰੇ ਹੋਰ ਇੱਕ ਨੇ ਬਿਆਨ ਦਿੱਤਾ ਜਿੱਥੇ ਇਹਦੀ ਪਾਰਟੀ ਨੇ ਇਹਨੂੰ ਟੋਕਣਾ ਪਿਆ। ਲੇਕਿਨ ਜਦ ਸਿੱਖਾਂ ਬਾਰੇ ਕਹਿੰਦੀ ਹੈ ਜਾਂ ਪੰਜਾਬੀਆਂ ਬਾਰੇ ਕਹਿੰਦੀ, ਤਾਂ ਕਿਉਂ ਨਹੀਂ ਇਹਦੀ ਪਾਰਟੀ ਇਹਨੂੰ ਟੋਕਦੀ ਹੈ? ਕਿ ਇਹਦੇ ਵਾਸਤੇ ਭਾਜਪਾ ਦੀ ਸ਼ੈਅ ਹੈਗੀ ਕਿ ਵੀ ਤੂੰ ਸਿੱਖਾਂ ਬਾਰੇ ਬੋਲੀ ਚੱਲ, ਤੂੰ ਕਿਸਾਨਾਂ ਵਾਲੇ ਬੋਲੀ ਚੱਲ, ਜਾਂ ਤੂੰ ਇਸ ਇਹੋ ਜਿਹੀ ਪਿਕਚਰਾਂ 'ਚ ਤੂੰ ਕੰਮ ਕਰ। ਐਮਰਜੈਂਸੀ ਵਰਗੀ ਜੇ ਪਿਕਚਰ ਆਈ ਹੈ ਜੋ ਸਿੱਖਾਂ ਨੂੰ ਮਾੜੇ ਤਰੀਕੇ ਦੇ ਨਾਲ ਦਿਖਾਇਆ ਗਿਆ, ਕੋਈ ਸਿੱਖ ਬਰਦਾਸ਼ਤ ਨਹੀਂ ਕਰੂੰਗਾ। ਬਲਕਿ ਮੈਂ ਤਾਂ ਕਹਾਂਗੀ ਇਹ ਪਿਕਚਰ ਦੇ ਆਉਣ ਦੇ ਨਾਲ, ਜੇ ਸਭ ਤੋਂ ਪਹਿਲੇ ਇਹਨਾਂ ਤੋਂ SGPC ਤੋਂ ਦਿਖਾਉਣੀ ਚਾਹੀਦੀ ਹੈ ਕਿ ਸਿੱਖਾਂ ਖਿਲਾਫ਼ ਕੋਈ ਚੀਜ਼ ਹੈ, ਤੁਸੀਂ ਉਸ ਚੀਜ਼ ਨੂੰ ਕੱਟ ਦਿਉ। ਕਿਉਂ ਤੁਸੀਂ ਇੱਕ ਕਮਿਊਨਿਟੀ ਨੂੰ, ਜਿਹੜੀ ਕਮਿਊਨਿਟੀ ਸਭ ਤੋਂ ਵੱਧ ਯੋਗਦਾਨ ਢਿੱਡ ਭਰਨ 'ਚ ਪਾਉਂਦੀ ਹੈ, ਜਿਹੜਾ ਤੁਸੀਂ 80 ਕਰੋੜ ਲੋਕਾਂ ਦਾ ਢਿੱਡ ਤੁਸੀਂ ਕਹਿੰਦੇ ਹੋ, ਅਸੀਂ ਇਹਨਾਂ ਨੂੰ ਫ੍ਰੀ ਰਾਸ਼ਨ ਦਿੰਦੇ ਨੇ, ਅਤੇ ਸਭ ਤੋਂ ਵੱਡਾ ਯੋਗਦਾਨ ਉਸ ਰਾਸ਼ਨ ਦੇਣ 'ਚ ਅਤੇ ਸਿੱਖ ਕੌਮ ਦਾ ਅਤੇ ਸਿੱਖ ਕਿਸਾਨਾਂ ਦਾ, ਪੰਜਾਬ ਦੇ ਕਿਸਾਨਾਂ ਦਾ ਹੈਗਾ, ਤਾਂ ਕਿਉਂ ਫਿਰ ਇਹਨਾਂ ਪੰਜਾਬੀਆਂ ਨੂੰ ਤੁਸੀਂ ਮਾੜੀ ਲਾਈਟ 'ਚ ਦਿਖਾ ਕੇ ਲੋਕਾਂ ਦੇ ਮਨਾਂ 'ਚ ਇਹਨਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਦੇ? ਉਹ ਹਿੱਸਾ ਕੱਢ ਦਿਓ, ਸਭ ਦੇ ਸਾਥ ਦਾ, ਸਭ ਦੇ ਗੱਲਾਂ ਕਰਦੇ ਹੋ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ, ਤਾਂ ਕਿਉਂ ਸਿੱਖਾਂ ਨੂੰ ਕਿਉਂ ਤੁਸੀਂ ਟਾਰਗੇਟ ਕਰਦੇ ਹੋ? ਉਹ ਹਿੱਸਾ ਕੱਟ ਦਿਓ, ਅਤੇ ਜੇ ਨਹੀਂ ਕੱਟਣਗੇ ਤਾਂ ਸਿੱਖਾਂ ਦੇ ਖਿਲਾਫ਼ ਕੋਈ ਕਿਹੜਾ ਸਿੱਖ ਬਰਦਾਸ਼ਤ ਕਰੂਗਾ? ਅਸੀਂ ਤਾਂ ਪੰਜਾਬ 'ਚ ਨਾ ਕੋਈ ਦੇਖਣ ਨੂੰ ਰਾਜ਼ੀ ਹੋਊਗਾ, ਨਾ ਕੋਈ ਚੱਲਣ ਦਊਗਾ। ਮੈਂ ਤਾਂ ਲੋਕਾਂ ਨੂੰ ਅਪੀਲ ਕਰਦੀ ਹਾਂ, ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ, ਜੇ ਪੰਜਾਬ ਦਾ ਸਾਡਾ ਭੈਣ ਭਰਾ ਕੋਈ ਹੋਏ, ਕੋਈ ਵੀ ਕਮਿਊਨਿਟੀ ਸਾਡੇ ਪੰਜਾਬ ਦੇ, ਭਾਵੇਂ ਹਿੰਦੂ ਹੋਣ, ਭਾਵੇਂ ਸਿੱਖ, ਭਾਵੇਂ ਮੁਸਲਮਾਨ, ਭਾਵੇਂ ਈਸਾਈ, ਕਿਸੇ ਦੇ ਖਿਲਾਫ਼, ਪੰਜਾਬੀਆਂ ਦੇ ਖਿਲਾਫ਼ ਜੇ ਉਹਨਾਂ ਨੂੰ ਗਲਤ ਨਜ਼ਰੀਏ ਦੇ ਨਾਲ ਪੇਸ਼ ਕੀਤਾ ਗਿਆ, ਇਹੋ ਜਿਹੀ ਪਿਕਚਰਾਂ ਨੂੰ ਸਾਨੂੰ ਬਾਇਕਾਟ ਕਰਨਾ ਚਾਹੀਦਾ ਹੈ, ਦੇਸ਼ ਭਰ 'ਚ ਬਾਇਕਾਟ ਕਰਨਾ ਚਾਹੀਦਾ ਹੈ। ਅਤੇ ਮੈਂ ਸਿਨੇਮਾ ਹਾਲ ਵਾਲਿਆਂ ਨੂੰ ਵੀ ਕਹਾਂਗੀ ਕਿ ਤੁਸੀਂ ਇਹੋ ਜਿਹੀ ਪਿਕਚਰਾਂ ਨਾ ਦਿਖਾਓ ਜਿਹਦੇ ਨਾਲ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੇ, ਤਾਂ ਕੱਲ੍ਹ ਮਾਹੌਲ ਖਰਾਬ ਹੋਏ।